ਕਦੋਂ ਹੋਣਗੇ ਦੀਦਾਰੇ ਤੇਰੇ, ਅੱਖੀਆਂ ਨੇ ਤਰਸ ਦੀਆਂ ਕਦੋਂ ਤੇਰੇ ਨੀ ਤਰਸ ਦੀਆਂ ਦੇ ਵਿੱਚ ਨੀਂਦ ਨਹੀਂ ਹੈ, ਦੀਦਾਰ ਦੀ ਸਿੱਕ ਹੈ, ਆਸ ਹੈ ਕਿ ਕਦੋਂ ਹੋਣਗੇ ਉਹ ਦੀਦਾਰ। ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਦਰਸ਼ਨ ਕੀ ਹਰ ਦਰਸ਼ਨ ਕੀ ਆਸਾ ਮੇਰੇ ਮਨ, ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸਾ ਮੇਰੇ ਮਨ, ਦਰਸ਼ਨ ਕੀ ਆਸਾ। ਪੰਥ ਨਿਹਾਰ ਕਾਮਨੀ ਲੋਚਨ ਪਰੀਲੇ ਉਸਾਸਾ, ਉਰਨਾ ਪੀਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਉਡੋ ਨਾ ਕਾਗਾ ਕਾਰੇ ਬੀਗ ਮਿਲੀਜੈ ਆਪਣੇ ਰਾਮ ਪਿਆਰੇ। ਹੁਣ ਐਸੀ ਆਸ ਹੈ, ਰਾਤ ਦਾ ਪਹਿਲਾ ਪਹਿਰ ਬੀਤ ਗਿਆ, ਦੂਜਾ ਆ ਗਿਆ, ਹੁਣ ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਜਿਹੜਾ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਹੁਣ ਐਸਾ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਦੀ ਮਹਾਨਤਾ, ਬ੍ਰਹਮ ਮਹੂਰਤ, ਇਸ ਦੀ ਸਾਰੇ ਮਤਾਂ ਮਤਾਤਰਾਂ, ਸਾਰੇ ਵੇਦ ਸਿਮਰਤ ਸ਼ਾਸਤਰ, ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਦੀ ਮਹਾਨਤਾ ਦਰਸਾਈ ਗਈ ਹੈ। ਹੁਣ ਆਵਾਜ਼ ਆਉਂਦੀ ਹੈ, ਆਪ ਜੀ ਦਾ ਆਸਣ ਕੋਠੇ 'ਤੇ ਹੈ, ਬਿਸਤਰਾ ਵਿਛਾਇਆ ਨਹੀਂ,
सराहने इकट्ठा करके रखिया होया है, बैठे हैं आस च अरदास है। ते की होया, कन्ना दे विच आवाज आउंदी है डोल खड़कन दी। सोचा कि ये इस वेले कौन इशनान करन लग्या है। जग्यासा जागी, नाल शब्द भी सुन रहे ने कि ये अमृत वेला, ये समय कौन जाग रहा है। अमृत वेले ओ कौन जाग दे, अमृत वेले ओ कौन जाग दे, अमृत वेले अमृत वेले ओ कौन जाग दे, अमृत वेले कौन जाग दे, अमृत वेले ओ कौन जाग दे। पिनी रेनड़िए चमकन तारे, हुण ए रात तारे चमक रहे हन, कौन जाग रहा है। कोई जागे राम प्यारे, संत प्यारे सदा जागे, वो तो जागदे हन। कौन जागदे ने सवाल आया कि इस समय डोल खड़की है, इशनान कीता है, नाल शब्दों की आवाज भी आ रही है, बड़ी प्यारी मिठी बाणी। कन उस पासे वाल लग जाते हैं, शांति आ रही है, क्योंकि बाणी शांति है। तो उस तो बाद फिर चुपचाप शांत हो गया। सोचा कि हुण कोई सुरत नो शब्द नाल जोड़ के बैठ गया, कोई बख्शी रूह है, पर है भी साढ़े इसे घर दे विच ही, पता नहीं। पर आज पता लग गया कि ये बीबी अमरोह है, जो गुरु अंगद साहब पातशाह जी की सपुत्री, ब्याह के इन्हां दे भतीजे नूं इसे घर दे विच आई सी। हुण बच्ची दा नित कर्म सी, क्योंकि इस तरह दे नाल अमृत वेले जागना, जिहड़ा अमृत वेले दा जागना, ये बहुत ही इहदी महानता है। ये हर कोई नहीं जाग सकता। महापुरश बड़े महाराज राड़ा साहब वाले कहा करदे कि ता शेर दे शिकार समान है। अमृत वेले तुसी देखदे हो कि किन्ने क जागदे हन। अमृत एक बारी ये कोई जुल्लड़ चुकी जा रहा सी, मरदाना गुरु नानक पातशाह नूं पुछया कि कौन है, कहिंदे कलजुग है। बुलाया, पहला तो उसने माफ़ी मंगी कि मैं आके तुहाडी नमस्कार नहीं कीती, क्योंकि कलयुग दे विच राज गुरु नानक दा है। जिन्हां सिकदारी जिन्हां दा राज है, तिन्हां खुआरी चाकर हथों कहिंदे मरना है। ये तेरी वो हालात हुई कलयुग, तू इस तरह दे नाल ये तू कहिंदे किवें जा रहा कोल दी लंघिया, कहिंदे बड़ी भारी गलती हुई। एक प्रतीक है,
ਮਰਦਾਨਾ ਪੁੱਛਦਾ ਕਿ ਇਹ ਜੁੱਲੜ ਚੁੱਕਿਆ ਹੋਇਆ ਹੈ, ਕਹਿੰਦੇ ਇਹ ਕਲਯੁੱਗ, ਕਹਿੰਦਾ ਮੇਰਾ ਐਸਾ ਜੁੱਲੜ ਹੈ ਅੰਮ੍ਰਿਤ ਵੇਲੇ ਮੈਂ ਸਾਰਿਆਂ 'ਤੇ ਪਾ ਦਿੰਦਾ। ਕਹਿੰਦੇ ਜਿਹੜੀਆਂ ਇਹਦੇ 'ਚ ਮੋਰੀਆਂ ਹਨ, ਕਹਿੰਦੇ ਉਹ ਨਾਮ ਜਪਣ ਵਾਲੇ ਉੱਠ ਕੇ ਇਹਨਾਂ 'ਚੋਂ ਬਾਹਰ ਆਉਂਦੇ ਨੇ। ਇੱਕ ਸ਼ਬਦ ਦਾ ਤਾਤਪ੍ਰਿਯ ਹੁੰਦਾ, ਪ੍ਰਤੀਕ ਹੁੰਦਾ ਹੈ ਕਿ ਇਸ ਤਰ੍ਹਾਂ ਜਿਹੜੇ ਤਾਂ ਹੁੰਦੇ ਨੇ ਗੁਰੂ ਪਿਆਰ ਵਾਲੇ, ਗੁਰੂ ਤਾਂ ਮੰਤਰ ਲਿਆ ਹੁੰਦਾ ਹੈ, ਉਹ ਫਿਰ ਉੱਠ ਕੇ ਬੈਠ ਜਾਂਦੇ ਨੇ, ਸੁਰਤ ਨੂੰ ਸ਼ਬਦ ਨਾਲ ਜੋੜਦੇ ਨੇ, ਗੁਰਮੰਤਰ ਦਾ ਅਭਿਆਸ ਕਰਦੇ ਨੇ ਆਪੋ ਆਪਣੀ ਅਵਸਥਾ ਦੇ ਮੁਤਾਬਕ। ਸ਼ੁਰੂ 'ਚ ਗੁਰੂ ਤੋਂ ਕੋਲੋਂ ਦ੍ਰਿੜ ਜਿਹੜਾ ਹੁੰਦਾ ਹੈ ਮੰਤਰ, ਉਹ ਬੈਖਰੀ ਬਾਣੀ 'ਚ ਹੁੰਦਾ ਹੈ, ਬੋਲ ਕੇ ਹੁੰਦਾ ਹੈ, ਫਿਰ ਉਹਨੂੰ ਬੋਲ ਕੇ ਕਰਦੇ ਨੇ। ਜਿਹੜੀ ਅੱਗੇ ਫਿਰ ਪਸੰਤੀ ਬਾਣੀ ਹੁੰਦੀ ਹੈ, ਮੱਧਮਾ ਬਾਣੀ, ਇਸ ਤੋਂ ਅਗਲੀ ਅਵਸਥਾ ਵੈਖਰੀ ਤੋਂ, ਉੱਥੇ ਫਿਰ ਜੀਵ ਨਹੀਂ ਹਿੱਲਦੀ, ਅਭਿਆਸ ਵੱਧਦਾ ਜਾਂਦਾ ਹੈ ਆਪਣੇ ਆਪ, ਫਿਰ ਇਹ ਵਾਹਿਗੁਰੂ ਵਾਹਿਗੁਰੂ ਅੰਦਰ ਹੁੰਦਾ ਹੈ। 10 ਗੁਣਾ ਫਲ ਵੱਧ ਗਿਆ, ਉਸ ਤੋਂ ਵੀ 10 ਗੁਣਾ ਫਲ ਅੱਗੇ ਜਦੋਂ ਪਸੰਤੀ ਬਾਣੀ 'ਚ, ਬਿਨ ਜੀਵਾ ਜੋ ਜਪੇ ਹੈ ਆਏ ਕੋਈ ਜਾਣੇ ਕੈਸਾ ਨਾਂ, ਹੋਰ ਫਲ ਵੱਧ ਜਾਂਦਾ। ਇਸ ਤੋਂ 10 ਗੁਣਾ ਫਲ ਅੱਗੇ ਹੋਰ ਵੱਧਦਾ ਹੈ ਜਦੋਂ ਪਰਾ ਬਾਣੀ 'ਚ ਜਾਂਦਾ ਹੈ, ਇਹ ਨਾਭੀ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਫਿਰ ਪਰਾ ਬਾਣੀ ਇੱਕ ਟੈਲੀਪੈਥੀ ਹੁੰਦੀ ਹੈ, ਉਹਦੇ ਵਿੱਚ ਫਿਰ ਸਵਾਸ ਦੀ ਮਦਦ ਲੈ ਕੇ, ਪ੍ਰਾਣ ਦੀ ਮਦਦ ਲੈ ਕੇ ਇਸ ਨੂੰ ਅੱਗੇ ਅਵਸਥਾ ਨੂੰ ਅੱਗੇ ਨਾਮ ਨਾਲ ਜੋੜਿਆ ਜਾਂਦਾ, ਪ੍ਰਾਣ ਦੇ ਨਾਲ ਸਵਾਸ ਦੇ ਨਾਲ ਇਹ ਜਪਿਆ ਜਾਂਦਾ ਹੈ। ਜਿੰਨਾ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜਾ ਇਸ ਅਵਸਥਾ 'ਤੇ ਪਹੁੰਚ ਗਿਆ ਉਹ ਸੰਤ ਹੈ। ਇਸ ਕਰਕੇ ਮਹਾਂਪੁਰਸ਼ ਵਾਰ ਵਾਰ ਜ਼ੋਰ ਦਿੰਦੇ ਕਿ ਇਹ ਸਵਾਸ ਦੇ ਨਾਲ ਇਹ ਕਰਿਆ ਕਰੋ, ਇਹਦੇ ਨਾਲ ਤੁਹਾਨੂੰ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ, ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ ਇਲਾਜ ਹੀ ਇੱਕ ਇਹ ਇਸ ਦੇ ਵਿੱਚ ਰੱਖਿਆ ਹੈ। ਸਵਾਸ ਸਵਾਸ ਦੇ ਗੇੜੇ ਜਪ ਲੋ ਗੁਰੂ, ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਵਾਹਿਗੁਰੂ ਸਾਤਾ ਦੇ ਕਿਹੜੇ ਫਲੋ ਗੁਰੂ, ਵਾਹਿਗੁਰੂ। ਹੁਣ ਇਹ ਅਵਸਥਾ ਹੁੰਦੀ ਹੈ ਕਿ ਜਦੋਂ ਇੱਥੇ ਪਹੁੰਚ ਜਾਂਦੇ ਹਾਂ, ਕਿਉਂਕਿ ਪ੍ਰਾਣ ਦੀ ਮਦਦ ਲੈ ਕੇ ਇਹ ਜਿਹੜਾ ਹੈ ਮੰਤਰ ਗੁਰੂ ਦਾ, ਵਾਹਿਗੁਰੂ ਗੁਰਮੰਤਰ ਹੈ, ਗੁਰੂ ਨਾਨਕ ਪਾਤਸ਼ਾਹ ਜੀ ਕਲਯੁੱਗ 'ਚ ਲੈ ਕੇ ਆਏ 36 ਯੁੱਗ ਦੀ ਕਮਾਈ ਕਰਕੇ, ਬੜਾ ਸਖਾਲਾ ਕਲਯੁੱਗ ਨਾਨਕ ਨਾਮ ਸਖਾਲਾ। ਸੋ ਇਸ ਤਰ੍ਹਾਂ ਉਹ ਬੀਬੀ ਅਮਰੋ ਹੁਣ ਸੁਰਤ ਟਿਕਾ ਕੇ ਬੈਠੇ ਹਨ ਆਪਣੇ ਗੁਰੂ ਦੇ ਧਿਆਨ ਦੇ ਵਿੱਚ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇਹ ਜਿਹੜਾ ਮੰਤਰ ਗੁਰੂ ਦਾ ਸ਼ਬਦ, ਕਿਉਂਕਿ ਸ਼ਬਦ ਦਾ ਜਿਹੜਾ ਹੈ ਉਹ ਸ਼ਬਦ ਤਾਂ ਧੁਨ ਹੈ, ਇਹ ਜਿਹੜਾ ਧੁਨ ਮੈਂ ਧਿਆਨ, ਧਿਆਨ ਮੈਂ ਹੈ ਜਾਣਿਆ, ਗੁਰਮੁਖ ਅਕਥ ਕਹਾਣੀ, ਇਹ ਗੁਰਮੁਖਾਂ ਦੀ ਅਕਥ ਕਹਾਣੀ ਹੈ। ਕਿਉਂਕਿ ਜਿੱਥੇ ਅਵਸਥਾ ਦੇ ਵਿੱਚ ਜਾ ਕੇ
ਇਹ ਧੁਨ 'ਚ ਧਿਆਨ ਚਲਾ ਗਿਆ ਕਿਉਂਕਿ ਸ਼ਬਦ ਹੈ ਧੁਨ। ਸੁਰਤ ਸ਼ਬਦ ਭਵ ਸਾਗਰ ਤਰੀਏ, ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਹੈ। ਸ਼ਬਦ ਦੀ ਜਿੱਧਰੋਂ ਆਵਾਜ਼ ਆਉਂਦੀ ਹੈ, ਕਿਉਂਕਿ ਸੁਰਤ ਨੇ ਉਸ ਪਾਸੇ ਵੱਲ ਜਾਣਾ ਹੈ, ਅਤੇ ਜਦੋਂ ਸ਼ਬਦ ਇੱਕ ਵਾਰੀ ਸੁਰਤ ਨੂੰ ਫੜ ਲੈਂਦਾ ਹੈ, ਫਿਰ ਵਸ ਆਈ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵਾਨ ਹੈ। ਅਤੇ ਇੱਥੇ ਫਿਰ ਮਦਦ ਲਈ ਜਾਂਦੀ ਹੈ ਪ੍ਰਾਣ ਦੀ। ਪ੍ਰਾਣ ਦੀ ਮਦਦ ਦੇ ਨਾਲ ਇਹ ਸਵਾਸ ਦੇ ਉੱਤੇ ਇਹ ਮੰਤਰ ਆ ਜਾਂਦਾ, ਹੋਰ ਮੰਤਰ ਨਹੀਂ ਆਉਂਦਾ। ਹੁਣ ਬਾਬਾ ਅਮਰਦਾਸ ਜੀ ਪਹਿਲਾ ਮੰਤਰ ਜਿਹੜਾ ਜਪਦੇ ਸਨ, ਸ੍ਰੀ ਜਿਹੜਾ ਓਮ ਤੋਂ ਸ਼ੁਰੂ ਹੁੰਦਾ ਹੈ, ਨਵੇਂ ਅਤੇ ਸਮਾਪਤ ਹੋਵੇ, ਵਿਚਕਾਰ ਕੋਈ ਸ਼ਬਦ ਹੋਵੇ, ਉਹ ਮੰਤਰ ਬਣ ਜਾਂਦਾ ਹੈ। ਓਮ ਸ੍ਰੀ ਵਾਸਦੇਵ, ਓਮ ਨਮੋ ਭਗਵਤੇ ਸ੍ਰੀ ਵਾਸਦੇਵ, ਐਂ ਜਪਦੇ ਨੇ। ਇਹ ਜਿਹੜਾ ਹੈ ਸ੍ਰੀ ਭਗਵਤੇ ਵਾਸਦੇਵਾ ਵਿਚਕਾਰ ਆ ਗਿਆ, ਓਮ ਸ਼ੁਰੂ 'ਚ ਆ ਗਿਆ, ਨਵੇਂ ਅਖੀਰ 'ਤੇ ਆ ਗਿਆ। ਹੁਣ ਪਰ ਇਹ ਸਵਾਸ ਦੇ ਉੱਤੇ ਨਹੀਂ ਆਉਂਦਾ। ਕਲਯੁੱਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਮੰਤਰ ਛੋਟਾ ਲੈ ਕੇ ਆਏ, ਕਿੰਨੇ ਯੁੱਗ ਦੀ ਕਮਾਈ ਕਰਕੇ ਜਿਹੜਾ ਇਹ ਸਵਾਸ ਦੇ ਉੱਤੇ ਆ ਜਾਂਦਾ ਹੈ। ਮਹਾਂਪੁਰਸ਼ਾਂ ਨੇ ਸੱਤਵੇਂ ਸਮਾਗਮ 'ਤੇ ਇਹ ਦਰਸਾਇਆ, ਦੱਸਣ 'ਚ ਤਾਂ ਇਸ ਤਰ੍ਹਾਂ ਆਇਆ, ਪਰ ਇਹ ਧੁਨ ਨੂੰ ਅੰਦਰ ਸੁਣਨਾ। ਤਿੰਨ ਤਰ੍ਹਾਂ ਦਾ ਧਿਆਨ ਹੈ। ਪ੍ਰਤੀਕ ਧਿਆਨ, ਉਹ ਸਾਕਾਰ ਦਾ ਧਿਆਨ ਹੁੰਦਾ ਹੈ, ਉਹ ਹੈ ਪਰਸਿਓ ਮੂਰਤ, ਜਿਹੜੀ ਹੈ ਉਹ ਐਸੀ ਮੂਰਤ ਹੈ, ਉਹ ਇੱਕ ਧਿਆਨ ਠਹਿਰਾਉਣ ਦਾ ਇੱਕ ਸਾਧਨ ਹੁੰਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਅਕਾਲ ਮੂਰਤ ਹੈ ਸਾਧ ਸੰਤਨ ਗੀ, ਠਾਹਨ ਨੀ ਕੀ ਧਿਆਨ ਕੋ ਸਫਲਿਓ ਮੂਰਤ ਪਰਸਿਓ ਸੰਤਨ ਕੀ। ਇਹ ਧਿਆਨਾਂ ਧਰਨਾ ਅਵਸਥਾ ਹੈ। ਫਿਰ ਇਹ ਅੱਗੇ ਧਿਆਨ ਇਹ ਨਹੀਂ ਕਿ ਇੱਥੇ ਰੁਕ ਜ ਗਿਆ। ਕਈ ਕਹਿਣਗੇ ਕਿ ਤਾਂ ਬੁੱਤ ਪ੍ਰਸਤ ਹਨ, ਬੁੱਤ ਨਹੀਂ, ਤੁਸੀਂ ਤਾਂ ਦੇਖਦੇ ਹੋ ਪੁੱਤ ਪ੍ਰਸਤੋਂ ਆਪਣੀਆਂ ਧਨ ਦੌਲਤ ਜਾਇਦਾਦ ਕੋਠੀਆਂ ਕਾਰਾਂ ਬਹਾਰਾਂ 'ਚ ਮਸਤ ਮਦਹੋਸ਼ ਹੋ, ਸਾਕਾਰ 'ਚੋਂ ਨਿਕਲਣ ਵਾਸਤੇ ਇਸ ਕਰਕੇ ਪ੍ਰਤੀਕ ਧਿਆਨ ਦੀ ਲੋੜ ਪੈਂਦੀ ਹੈ। ਇਸ ਤੋਂ ਅੱਗੇ ਸੰਪਤ ਧਿਆਨ ਹੈ। ਸੰਪਤ ਧਿਆਨ ਦੇ ਵਿੱਚ ਜਿਹਦਾ ਧਿਆਨ ਹੈ ਉਸੇ ਦਾ ਸਰੂਪ ਬਣ ਜਾਂਦੇ ਹਾਂ। ਕਬੀਰ ਚੰਦਨ ਕਾ ਬਿਰਬਾ ਪਲਾ, ਬੇੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਇਸ ਤਰ੍ਹਾਂ ਦੇ ਨਾਲ ਹੁਣ ਇੱਥੇ ਆਗਿਆ ਚੱਕਰ ਜਿੱਥੇ ਅੱਖ ਨੱਕ ਦੀ ਜੜ ਹੈ, ਇੱਥੋਂ ਇਹ ਸਫ਼ਰ ਸ਼ੁਰੂ ਹੁੰਦਾ। ਪਹਿਲਾਂ ਤਾਂ ਮੂਲ ਧਾਰ ਤੋਂ ਹੁੰਦੇ ਸਨ, ਪਰ ਅੱਜ ਸਮਾਂ ਘੱਟ ਹੈ, ਦਿਲ ਦਿਮਾਗ ਨਰੋਏ ਨਹੀਂ। ਗੁਰੂ ਨਾਨਕ ਦਾ ਇਹ ਜਿਹੜਾ ਮੰਤਰ ਹੈ, ਇਸ ਦਾ ਸਵਾਸ ਦੇ ਉੱਤੇ ਆ ਜਾਣਾ, ਸੁਰਤ ਨੂੰ ਸ਼ਬਦ ਨਾਲ ਜੋੜ ਲੈਣਾ, ਆਗਿਆ ਚੱਕਰ ਦੇ ਵਿੱਚ ਧਿਆਨ ਟਿਕਾਉਣਾ, ਫਿਰ ਇਹ ਅੱਗੇ ਦਾ ਸਫ਼ਰ ਇੱਥੋਂ ਸ਼ੁਰੂ ਹੋ ਜਾਂਦਾ ਹੈ। ਇੱਕ ਅਵਸਥਾ 'ਚ ਜਾ ਕੇ ਇਸ ਤੋਂ ਅੱਗੇ ਸਹੰਸਰਾਰ ਦਲ ਕਮਲ 'ਚ ਲੰਘਦੇ ਹਾਂ। ਗਿਆਤਾ ਗਿਆਨ ਗੇ ਧਿਆਤਾ ਧਿਆਨ, ਧੇ ਦੀ ਤ੍ਰਿਕੁਟੀ ਟੁੱਟਦੀ ਹੈ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। ਇਹ ਅਵਸਥਾਵਾਂ ਹਨ। ਮਹਾਂਪੁਰਸ਼ਾਂ ਨੇ ਇਹਨਾਂ ਨੂੰ ਆਤਮ ਮਾਰਗ ਦੇ ਵਿੱਚ ਬੜੀਆਂ ਖੋਲ੍ਹ ਕੇ ਬਿਆਨ ਕੀਤਾ। ਪਹਿਲਾਂ ਤਾਂ ਇਹ ਸੀਨੇ ਵਸੀਨੇ ਚੱਲੀਆਂ ਆਉਂਦੀਆਂ ਸਨ, ਪਰ ਰਤਵਾੜਾ ਸਾਹਿਬ ਮਹਾਂਪੁਰਸ਼ਾਂ ਨੇ ਮੀਡੀਏ ਦੀ ਵਰਤੋਂ ਕੀਤੀ। ਵੱਡੇ ਮਹਾਰਾਜ ਨੇ ਬਚਨ ਕੀਤੇ ਸੀ 1973 ਦੇ ਵਿੱਚ ਕਿ ਮੀਡੀਏ ਦੀ ਵਰਤੋਂ ਕਰੋ, ਮੀਡੀਏ ਦੇ ਰਾਹੀਂ ਪ੍ਰਚਾਰ ਕਰੋ। ਮਹਾਂਪੁਰਸ਼ਾਂ ਨੇ ਇਹ ਸੰਸਾਰ ਦੇ ਕੋਨੇ ਕੋਨੇ ਦੇ ਵਿੱਚ ਆਹ ਜਿਹੜਾ ਗੁਰਬਾਣੀ ਦਾ ਯੂਨੀਵਰਸਲ ਮੈਸੇਜ ਹੈ ਇਹਨੂੰ ਪਹੁੰਚਾ ਦਿੱਤਾ। ਪਰਮ ਪੂਜਾ ਸਤਿਕਾਰਯੋਗ ਬੀਜੀ ਦੇ ਹਸਤ ਕਮਲਾਂ ਤੋਂ 1995 ਵਿਸਾਖੀ ਦੇ ਦਿਨ ਇਸ ਦੀ ਸ਼ੁਰੂਆਤ ਹੋਈ, ਅਤੇ ਹੁਣ ਇਹਦੇ ਵਿੱਚ ਜਗਿਆਸੂਆਂ ਦੀ ਜਗਿਆਸਾ ਪੂਰੀ ਹੁੰਦੀ ਹੈ। ਉਹ ਕਿੱਡੀ ਇਹ ਅੰਦਰਲੀਆਂ ਅਵਸਥਾਵਾਂ ਖੁੱਲਦੀਆਂ ਨੇ ਕੋਈ ਦੱਸਦਾ ਨਹੀਂ। ਭੇਤੀ ਪੁਰਸ਼ ਜਿਹੜੇ ਅਨੁਭਵੀ ਪੁਰਸ਼ ਹਨ ਉਹੀ ਦੱਸ ਸਕਦੇ ਹਨ। ਸੋ ਇਸ ਦੇ ਨਾਲ ਬਾਬਾ ਜੀ ਬਾਬਾ ਅਮਰਦਾਸ ਜੀ ਦੀ ਇਹ ਅਰਦਾਸ ਅੱਜ ਸੁਣੀ ਗਈ, ਅਤੇ ਉਧਰੋਂ ਬੀਬੀ ਦੇ ਕੰਨਾਂ ਦੀ ਆਵਾਜ਼ ਜਿਹੜੀ ਬੀਬੀ ਦੇ ਮੁੱਖ ਤੋਂ ਨਿਕਲੀ ਆਵਾਜ਼ ਹੁਣ ਕੰਨਾਂ ਦੇ ਵਿੱਚ ਕੀ ਪੈਂਦੀ ਹੈ,
बीबी दुध रिड़कण लगदी है ते नाल फिर आसा जी दी वार उस समय इहदे श्लोक सन ਉਹ ਪੜ੍ਹਨੇ ਸ਼ੁਰੂ ਕਰ ਦਿੱਤੇ। ਕਿਹੜਾ ਪਹਿਲਾ ਹੀ ਸਲੋਕ ਪੜ੍ਹਿਆ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਬਲਿਹਾਰੀ ਗੁਰ ਆਪਣੇ ਦਿਹਾੜੀ ਤਦ ਦਿਨ ਮਾਨਸ ਤੇ ਤਿਰਤ ਕੀਏ ਹੁਣ ਬਾਬਾ ਜੀ ਦੇ ਕੰਨ 'ਚ ਇਹ ਆਵਾਜ਼ ਪੈਂਦੀ ਹੈ, ਸੋਚਿਆ ਕਿ ਕੋਈ ਗੁਰੂ ਵਾਲਾ ਹੈ ਜਿਹੜਾ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ। ਹੁਣ ਦੂਜੀ ਆਵਾਜ਼ ਕੀ ਆਈ, ਨੂੰ ਗੁਰਾਂ ਦਿਨ ਕੋਰ ਹਨੇਰਾ ਚੰਦ ਭਾਵੇਂ ਸੌ ਚੜ ਜੇ, ਨੂੰ ਕੋਰ ਹਨੇਰਾ ਚੰਦ ਭਾਵੇਂ ਸੌ ਚੜ ਜੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਇਹਤੇ ਚਾਨਣ ਹੁੰਦਿਆਂ ਗੁਰਬੀਨ, ਓ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਤੋਂ ਛੁੱਟੇ ਤਿਲ ਬੁਆੜ ਜਿਉਂ, ਖੇਤੇ ਅੰਦਰ ਕਹ ਨਾਨਕ ਫਲੀਏ ਫੁਲੀਏ ਬਾਪੜੇ ਹੁਣ ਇਹ ਸੁਣ ਕੇ ਕਿ ਤਾਂ ਉਪਦੇਸ਼ ਹੀ ਮੈਨੂੰ ਆਇਆ ਕਿਉਂਕਿ ਗੁਰਬਾਣੀ ਦਾ ਉਪਦੇਸ਼ ਹੈ, ਇਹ ਤਾਂ ਸਾਰਿਆਂ ਵਾਸਤੇ ਹੀ ਸਾਂਝਾ ਹੈ ਪਰ ਬਾਣੀ ਬਾਣ ਮਾਰਦੀ ਹੈ, ਲੱਗ ਜਾਂਦਾ ਹੈ ਭਾਗਾਂ ਵਾਲਿਆਂ ਨੂੰ। ਅਤੇ ਇਸ ਤਰ੍ਹਾਂ ਦੇ ਨਾਲ ਇੱਥੋਂ ਆਪਾਂ ਵਿਚਾਰ ਕੱਲ੍ਹ ਨੂੰ ਸ਼ੁਰੂ ਕਰਾਂਗੇ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਆਓ ਸਾਧ ਸੰਗਤ ਜੀ, ਤੁਸੀਂ ਭਾਗਾਂ ਵਾਲੇ ਹੋ ਜਿਹੜੇ ਰਾਤ ਦੇ ਸਮੇਂ ਨੀਂਦ ਦਾ ਪਰਿਤਿਆਗ ਕਰਕੇ ਇੱਥੇ ਪਹੁੰਚੇ ਹੋ, ਸੋ ਧੰਨਤਾ ਯੋਗ ਹਨ ਜਿਹੜੇ ਗੁਰੂ ਵਾਲੇ ਹਨ। ਜਿਹੜੇ ਗੁਰੂ ਵਾਲੇ ਨਹੀਂ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਇੱਥੇ ਸਮਾਗਮ ਹੋਣਾ ਹੈ ਮਜਾਰੀ ਵਿਖੇ ਭੱਲੜੀ, ਉੱਥੇ ਜਿਹੜੀ ਇਹ 1 ਜੂਨ ਹੋਣੀ ਹੈ ਉਸ ਦਿਨ ਅੰਮ੍ਰਿਤ ਛਕਾਏ ਜਾਣੇ ਨੇ, ਉਹ ਗੁਰੂ ਵਾਲੇ ਬਣਨ, ਕਿਉਂਕਿ ਰਾਮ ਰਾਮ ਸਭ ਕੋ ਕਹਿ ਜੇ ਅਸੀਂ ਆਪੇ ਹੀ ਕਰਦੇ ਹਾਂ। ਹੁਣ ਬਾਬਾ ਜੀ 61 ਸਾਲ ਦੀ ਉਮਰ ਤੱਕ ਆਪੇ ਹੀ ਇਹ ਮੰਤਰ ਜਪਦੇ ਸੀ, ਓਮ ਭਗਵਤੇ ਸ੍ਰੀ ਵਾਸਦੇਵ ਨਮਹ, ਪਰ ਅਜੇ ਗੁਰੂ ਤੋਂ ਨਹੀਂ ਸੀ ਲਿਆ ਮੰਤਰ। ਜਦੋਂ ਤੱਕ ਗੁਰੂ ਤੋਂ ਮੰਤਰ ਨਹੀਂ ਲੈਂਦੇ ਇਹ ਫਲ ਨਹੀਂ ਦਿੰਦਾ। ਸੋ ਇਸ ਕਰਕੇ ਗੁਰੂ ਤੋਂ ਮੰਤਰ ਲਓ, ਮੰਤਰ ਫਿਰ ਨਾਮ ਤੱਕ ਪਹੁੰਚਾ ਦਿੰਦਾ। ਜਿਹਨਾਂ ਨੇ ਲਿਆ ਹੋਇਆ ਹੈ ਉਹ ਫਿਰ ਚੁੱਪ ਕਰਕੇ ਨਾ ਬੈਠੋ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਾ ਬਹਿੰਦੇ,
ਨਿਹ ਵਾਲੇ ਨੈਣਾ ਕੀ ਨਿੰਦਰ ਦਿਨੇ ਰਾਤ ਪੇ ਰਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋ ਉਰੇ ਆਰਾਮ ਨਾ ਕੋਈ ਚਾਲ ਪੇ ਨਿਤ ਰਹਿੰਦੇ ਸੋ ਆਓ ਸਾਧ ਸੰਗਤ ਜੀ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਅੱਜ ਪਹਿਲੇ ਦਿਨ ਇਹ ਰਾਤਰੀ ਦੇ ਸਤਸੰਗ 'ਚ ਇੰਨਾ ਪਿਆਰ ਦਾ ਸਬੂਤ ਦਿੱਤਾ ਚਿੱਤ ਵਿਰਤੀਆਂ ਨੂੰ ਟਿਕਾ ਕੇ ਸਤਸੰਗ ਕੀਤਾ ਧੰਤਾ ਦੇ ਯੋਗ ਹੋ ਇਹਦਾ ਫਲ ਬਹੁਤ ਹੈ ਸੋ ਅਕਲ ਦੇ ਸਤਸੰਗ ਦੇ ਵਿੱਚ ਵੀ ਇਸੇ ਤਰ੍ਹਾਂ ਦਰਸ਼ਨ ਦੇਣੇ ਧੰਤਾ ਯੋਗ ਹਨ ਜਿਹੜੇ ਸੇਵਾ ਕਮਾ ਰਹੇ ਨੇ ਜਿਹੜੇ ਸੰਗਤਾਂ ਨੂੰ ਲਿਆ ਰਹੇ ਨੇ ਧੰਨ ਹਨ ਉਹ ਸੰਗਤਾਂ 'ਚ ਜੋ ਆ ਕੇ ਬੈਠ ਕੇ ਨਾਮ ਬਾਣੀ ਨਾਲ ਜੁੜਦੇ ਨੇ ਸੋ ਕੱਲ੍ਹ ਦੇ ਸਮੇਂ ਦਾ ਵੀ ਇਸੇ ਤਰ੍ਹਾਂ ਲਾਹਾ ਪ੍ਰਾਪਤ ਕਰਨਾ ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲੇ ਹੋ ਆਨੰਦ ਸਾਹਿਬ ਗੁਰਸਤੋਤਰ 'ਚ ਬੋਲ ਕੇ ਆਪਣੀ ਰਸਨਾ ਨੂੰ ਜ਼ਰੂਰ ਹੀ ਪਵਿੱਤਰ ਕਰਨ ਦੀ ਖੇਚਲ ਕਰਨ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਪਾਇਆ ਸਤਿਗੁਰ ਤਾਂ ਸਮਦੇ ਤਕਾਵੋ ਹਰੀ ਕੇਰਾ ਨਜਨੀ ਵਸਾਇਆ ਨਾਲ ਰਹਤ ਮਨ ਏਰੇ ਦੁੱਖ ਵਿਸਾਰਨਾ ਕਹੇ ਨਾਨਕ ਮਨ ਮੇਰੇ ਸਦਾ ਹਰ ਨਾਲ ਸੁਨਹਾ ਤੇਰੀ ਨਾਮ ਮਨ ਵਸਾਏ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਈਆਂ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ ਨਾਮ ਆਧਾਰੋ ਅੱਜ ਕਰਮ ਪਾਇਆ ਤੁਨ ਕੋਥੇ ਨਾਮ ਹਰ ਕੇ ਲਾਗੇ ਤਾਰ ਪਰਮ ਪ੍ਰਭ ਪਾਇਆ ਉਤਰੇ ਲੁਭ ਸੂਰ ਸੁਣਤੇ ਪਨੀਤ ਕਹਤੇ ਪਵਿੱਤ ਗੁਰਹਾ ਪਰ ਪੂਰੇ ਦਿਸ ਮਤ ਦੋ ਸਾਈ ਨਾਇਆ ਖਿਲੇ ਗੁਲ ਸੰਕੇਤ ਜਿਨੀ ਨਾਮ ਤੇ ਆਇਆ ਜੇ ਮੁਸ਼ਕਤ ਕਾਲ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ
ਤਨ ਹੈ ਗੁਰ ਗੁਰ ਸਾਹਿਬ ਜੀ ਤਨ ਤਨ ਹੈ ਗੁਰ ਮੁਰ ਦਾਸ ਜੀ ਤਨ ਤਨ ਹੈ ਤਨ ਹੈ ਗੁਰ ਰਾਮਦਾਸ ਜੀ ਤਨ ਤਨ ਹੈ ਗੁਰੂ ਦੇਵ ਜੀ ਤਨ 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 ਹੈ ਗੁਰੂ ਗੋਬਿੰਦ ਜੀ ਤਨ ਤਨ ਹੈ ਗੁਰੂ ਹਰ ਰਾਇ ਜੀ ਤਨ ਤਨ ਹੈ ਤਨ ਹੈ ਗੁਰੂ ਹਰ ਕ੍ਰਿਸ਼ਨ ਤਨ ਹੈ ਤਨ ਹੈ ਗੁਰ ਤੇਗ ਬਹਾਦਰ ਤਨ ਤਨ ਹੈ ਤਨ ਹੈ ਗੁਰ ਗੋਬਿੰਦ ਸਿੰਘ ਜੀ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਹੈ ਤਨ ਹੈ ਤੇਰਾ ਖਾਲਸਾ ਤਨ ਤਨ ਹੈ ਤੇਰੀ ਸਾਤ ਜੀ ਤਨ Thank you.
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੈ ਧਿਆਏ ਫਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੈ ਧਾਏ ਸਭ ਥੇ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥੇ ਹੁਣਾ ਜੀ ਸਹਾਏ ਸਭ ਥੇ ਹੁਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੇ ਆਤਮਿਕ ਸਵਰੂਪ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਮਹਾਰਾਜ ਜੀ ਵਾਹਿਗੁਰੂ। ਗੁਰੂ ਸਾਹਿਬ ਦੇ ਸਾਜੇ ਨਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਮਹਾਰਾਜ ਜੀ ਵਾਹਿਗੁਰੂ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਿਤਾਏ ਪੁੱਠੀਆਂ ਖੱਲਾਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਰਾਏ ਰੰਬੀਆਂ ਨਾਲ ਖੋਪਰ ਉਤਰਾਏ ਗੁਰਦੁਆਰੇ ਆਜ਼ਾਦ ਕਰਾਉਣ ਲਈ ਅਸਹਿਤ ਇੱਕ ਕੜਸਰ ਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਮਹਾਰਾਜ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਮਹਾਰਾਜ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀਓ। ਸਰਬੱਤ ਖਾਲਸਾ ਜੀ ਕੋ ਆਪ ਜੀ ਦਾ ਪਵਿੱਤਰ ਪਾਵਨ ਨਾਮ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਮਹਾਰਾਜ ਜੀ।
ਸੱਚੇ ਪਿਤਾ ਜੀਓ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਸਾਹਿਬ ਮਹਾਰਾਜ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੇ, ਮਤ ਪਦ ਦੀ ਰੱਖਿਆ ਆਪ ਕਰੋ ਵਾਹਿਗੁਰੂ ਜੀਓ। ਹੇ ਆਪਣੇ ਪੰਨ ਦੇ ਸਦਾ ਸਹਾਈ ਦਿੱਤਾਰ ਪਿਤਾ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ ਸਤਿਗੁਰੂ, ਨਿਆਸਰਿਆਂ ਦੇ ਆਸਰੇ ਸਤਿਗੁਰੂ, ਧੰਨ 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 ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਓ, ਧੰਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀਓ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਤਰਜਾਮੀ ਦਤਾਰ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਸ਼ਬਦ ਅਵਤਾਰ ਸਤਿਗੁਰੂ ਜੀਓ, ਆਪ ਦੇ ਪਾਵਨ ਚਰਨ ਕਮਲਾਂ ਵਿਖੇ ਦੋਏ ਕਰ ਜੋੜ ਅਰਦਾਸ ਬੇਨਤੀ ਜੋਦੜੀ ਤਰਲਾ ਹੈ ਦਾਤਾ। ਆਪ ਜੀ ਨੇ ਰਹਿਮਤਾਂ ਕਰਦੇ ਹੋਏ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀ। ਆਪ ਜੀ ਨੇ ਮਹਾਨ ਬਖਸ਼ਾਂ ਕਰਦੇ ਹੋਇਆ ਸਮੂਹ ਨਗਰ ਭੱਟੋਂ ਦੇ ਇਲਾਕੇ ਦੀਆਂ ਸੰਗਤਾਂ ਦੀ ਜੋਦੜੀ ਪ੍ਰਵਾਨ ਕਰਕੇ ਦਾਤਾ ਸਲਾਨਾ ਦੀ ਤਰ੍ਹਾਂ ਦੋ ਦਿਨ ਦੇ ਗੁਰਮਤਿ ਸਮਾਗਮਾਂ ਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀਓ। ਆਪ ਜੀ ਸਤਿਗੁਰੂ ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਨਿੱਜ ਸਥਾਨ ਤੋਂ ਚੱਲ ਕੇ ਪੰਡਾਲ ਅੰਦਰ ਪਹੁੰਚ ਕੇ ਦੀਵਾਨ ਦੀ ਰਹਿਨੁਮਾਈ ਕਰਦੇ ਹੋਏ ਸਤਿਗੁਰੂ ਜੀ ਆਪ ਦੀ ਛਤਰ ਛਾਇਆ ਥੱਲੇ ਸਤਿਗੁਰੂ ਜੀ ਸ਼ਾਮਾਂ ਤੋਂ ਦੀਵਾਨ ਦੀ ਆਰੰਭਤਾ ਹੋਈ ਸੀ। ਸਤਿਗੁਰੂ ਜੀ ਸੱਜੇ ਦੀਵਾਨ ਅੰਦਰ ਆਪ ਦੇ ਦਰੋਂ ਘਰੋਂ ਬਰਸਾਏ ਹੋਏ ਕੀਰਤਨੀ ਸਿੰਘਾਂ ਨੇ, ਮਹਾਂਪੁਰਸ਼ਾਂ ਨੇ ਸਤਿਗੁਰੂ ਜੀ ਉਹ ਅੰਮ੍ਰਿਤਮੇ ਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਸ਼ਰਾਸ਼ਾਰ ਕੀਤਾ ਹੈ। ਗਰੀਬ ਨਿਵਾਜ ਪਾਤਸ਼ਾਹ ਬਾਣੀ ਪੜ੍ਹੀ ਸੁਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ, ਗਰੀਬ ਨਿਵਾਜ ਪਾਤਸ਼ਾਹ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਗਰੀਬ ਨਿਵਾਜ ਪਾਤਸ਼ਾਹ, ਦੂਰ ਦੁਰਾਡਿਆਂ ਤੋਂ ਸੰਗਤਾਂ ਸਤਿਗੁਰੂ ਜੀ ਆਪ ਦੇ ਪਾਵਨ ਚਰਨਾਂ ਵਿੱਚ ਪਹੁੰਚਿਆ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇੜਤ ਗੁਰਦੁਆਰ ਸਾਹਿਬ ਦੇ ਪਾਵਨ ਬਚਨਾਂ ਅਨੁਸਾਰ ਸਰਬੱਤ ਸੰਗਤਾਂ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ, ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ। ਗਰੀਬ ਨਿਵਾਜ ਪਾਤਸ਼ਾਹ ਇਸ ਮਹਾਨ ਸਮਾਗਮ ਵਿੱਚ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਸਤਿਗੁਰੂ ਜੀ ਸੇਵਾ 'ਚ ਹਿੱਸਾ ਪਾਇਆ। ਸਾਰੀਆਂ ਸੰਗਤਾਂ ਦੀ ਸੇਵਾ ਪ੍ਰਵਾਨ ਕਰਨੀ ਗਰੀਬ ਨਿਵਾਜ ਪਾਤਸ਼ਾਹ ਰਹਿਮਤਾਂ ਕਰਨੀਆਂ, ਸੰਗਤਾਂ ਨੂੰ ਇਸੇ ਤਰ੍ਹਾਂ ਪਿਆਰ ਉਤਸ਼ਾਹ ਦੇ ਨਾਲ ਇਹ ਸਮਾਗਮ ਬਖਸ਼ਣੇ ਸਤਿਗੁਰੂ ਜੀ, ਸਮਾਗਮ ਮਨਾਉਣ ਦੀਆਂ ਦਾਤਾਂ ਬਖਸ਼ਣੀਆਂ। ਹੋਂ ਕੁਰਬਾਣੀ ਤਿਨ੍ਹਾਂ ਗੁਰਸਿੱਖਾਂ ਭਾਵ ਭਗਤ ਕਰ ਗੁਰਪੁਰਬ ਕਰੰਦੇ ਦੇ ਪਾਵਨ ਬਚਨਾਂ ਅਨੁਸਾਰ ਸੰਗਤਾਂ ਨੂੰ ਪਿਆਰ ਸ਼ਬਦਾਂ ਨਾਲ ਸਤਿਗੁਰੂ ਜੀ ਸਮਾਗਮਾਂ 'ਚ ਹਾਜ਼ਰੀਆਂ ਭਰਨ ਦੀ, ਸਮਾਗਮਾਂ 'ਚ ਸੇਵਾ ਕਰਨ ਦੀ ਅਤੇ ਸਤਿਗੁਰੂ ਜੀ ਨਾਮ ਬਾਣੀ ਨਾਲ ਜੁੜਨ ਦੀ ਦਾਤ ਬਖਸ਼ੋ ਗਰੀਬ ਨਿਵਾਜ ਪਾਤਸ਼ਾਹ। ਸਤਿਗੁਰੂ ਜੀ ਸੰਗਤਾਂ ਨੇ ਆਪ ਦੇ ਚਰਨ ਪਰਸਨ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਗਰੀਬ ਨਿਵਾਜ ਪਾਤਸ਼ਾਹ। ਬੇਅੰਤ ਸੰਗਤਾਂ ਵੱਲੋਂ ਰਸਤਾ ਵਸਤਾਂ ਆਈਆਂ ਸਤਿਗੁਰੂ ਜੀ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗਰੀਬ ਨਿਵਾਜ ਪਾਤਸ਼ਾਹ। ਰਹਿਮਤਾਂ ਕਰੋ ਆਪ ਜੀ ਦੇ ਬਖਸ਼ਿਆਂ ਪਦਾਰਥਾਂ ਵਿੱਚੋਂ ਪੰਚ ਅੰਮ੍ਰਿਤਮੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ 'ਚ ਵਰਤਾਉਣ ਦੀ ਆਗਿਆ ਹੋਵੇ ਜੀ। ਕਲਾ ਕੁਦਰਤ ਵਾਹਿਗੁਰੂ ਜੀ ਦੀ ਵਰਤੇ ਦਾਤਾ ਆਪ ਰਹਿਮਤਾਂ ਬਖਸ਼ਾਂ ਕਰਦੇ ਹੋਏ ਅਰਦਾਸ ਤੋਂ ਉਪਰੰਤ ਸਤਿਗੁਰੂ ਜੀ ਆਪਣੇ ਅਲਾਹੀ ਫਰਮਾਨ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ 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 ਕਰੋ ਜੀਓ ਅਤੇ ਗਰੀਬ ਨਿਵਾਜ ਪਾਤਸ਼ਾਹ ਦੀਵਾਨ ਦੀ ਸੰਪੂਰਤੀ ਦੀ ਆਗਿਆ ਬਖਸ਼ੋ। ਆਪ ਜੀ ਦੇ ਹਜ਼ੂਰ ਦੀਵਾਨ ਦੀ ਸੰਪੂਰਤੀ ਦੀ ਅਰਦਾਸ ਸਤਿਗੁਰੂ ਦੇ ਚਰਨਾਂ ਪਾਸ ਸਿੱਖ ਪੜ੍ਹਦੇ ਸੁਣਦੇ ਸਰਬੱਤ ਕੇ ਕਾਰਜ ਰਾਸ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਆਰਾ ਆਗਿਆ ਪਹਿਆ ਕਾਲ ਕੇ
ਸਭ ਸਿੱਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੇ ਮਾਨਿਓ ਪ੍ਰਗ ਜੋ ਪ੍ਰਭ ਕੋ ਮਿਲੋ ਚਹੈ ਖੁਸ਼ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਜੋ ਸ਼ਰਧਾ ਕਰ ਸੇਵ ਜੋ ਸ਼ਰਧਾ ਕਰ ਸੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵ ਤੋ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕਉ ਤੂੰ ਠਾਕੁਰ ਊਚ ਭਗਵਾਨਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਰਾਂਦੇ ਸਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਦਿਆਲ
ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।